ਸਾਰੇ ਮੇਰੇ ਵੀਰਾਂ ਨੂੰ ਸੁਖਵਿੰਦਰ ਮਖੌਲੀ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫਿਰ ਮੈਂ ਇੱਕ ਨਵਾਂ ਟੋਟਕਾ ਲੈ ਕੇ ਹਾਜ਼ਰ ਹੋਇਆ ਜਿਹਦਾ ਸਿਰਸਕ ਹੈ ਬਸ ਫਿਰ ਤੂੰ ਵਿਹਲਾ ਬਾਬਾ ਜੀ। ਇਹ 'ਚ ਪੰਜ ਨੌਹਾਂ ਇੱਕ ਬਾਬੇ ਤੋਂ ਕਿਵੇਂ ਕੰਮ ਕਰਵਾਉਂਦੀਆਂ ਅਤੇ ਬਾਬਾ ਉਹਨਾਂ ਨੂੰ ਕੀ ਜਵਾਬ ਦਿੰਦਾ, ਪੇਸ਼ ਹੈ ਜੀ। ਤਾਂ ਪਹਿਲੀ ਨੌਂਹ ਜਿਹੜੀ ਹੈ ਉਹ ਬਾਬੇ ਤੋਂ ਕੀ ਕੰਮ ਕਰਵਾਉਂਦੀ ਹੈ ਅਤੇ ਕੀ ਉਹਨੂੰ ਕਹਿੰਦੀ ਹੈ। ਪਹਿਲੀ ਕੀ ਕਹਿੰਦੀ ਹੈ, ਬਾਲਣ ਲਿਆ ਕੇ ਤੰਦੂਰ ਤਾਂ ਤਪਾ ਦਿਓ, ਆਟਾ ਗੁੰਨ ਕੇ ਪੇੜੇ ਕਰਕੇ ਰੋਟੀਆਂ ਤਾਂ ਲਾ ਦਿਓ, ਜਵਾਕਾਂ ਦਾ ਵੀ ਸਕੂਲ ਦਾ ਟਾਈਮ ਹੋਈ ਜਾਂਦਾ ਹੈ, ਓ ਵੇਖ ਕੰਧ ਕੋਲੇ ਖੜਾ ਭੁੱਲਾ ਰੋਈ ਜਾਂਦਾ ਹੈ, ਦੇ ਦਿਓ ਉਹਨੂੰ ਕੇਲਾ ਬਾਬਾ ਜੀ, ਬਸ ਫਿਰ ਤੂੰ ਵਿਹਲਾ ਬਾਬਾ ਜੀ। ਫਿਰ ਬਾਬੇ ਦੀ ਜਿਹੜੀ ਦੂਜੀ ਨੌਂਹ ਹੈ ਉਹ ਬਾਬੇ ਤੂੰ ਕੀ ਕੰਮ ਕਰਵਾਉਂਦੀ ਹੈ, ਤਾਰ ਚੋਲੋ 10 ਵੱਜ ਗਏ ਨੇ। ਬਾਬੇ ਨੂੰ ਕਹਿੰਦੀ ਹੈ, ਤਾਰ ਚੋਲੋ 10 ਵੱਜ ਗਏ ਨੇ, ਸਾਰੇ ਟੱਬਰ ਦੇ ਮੰਜੇ ਬਿਸਤਰੇ ਹਜੇ ਵਿਹੜੇ ਵਿੱਚ ਪਏ ਨੇ, ਝਾੜੂ ਕੱਢ ਕੇ ਬੈਠਕ 'ਚ ਪੋਚਾ ਤਾਂ ਲਾ ਦਿਓ, ਦੁੱਧ ਰਿੜ ਕੇ ਘਿਓ ਕੱਢ ਕੇ ਲੱਸੀ ਤਾਂ ਬਣਾ ਦਿਓ, ਨਾਲੇ ਬਣਾ ਦਿਓ ਗਜਰੇਲਾ ਬਾਬਾ ਜੀ, ਬਸ ਫਿਰ ਤੂੰ ਵਿਹਲਾ ਬਾਬਾ ਜੀ। ਬਾਬੇ ਦੀ ਤੀਜੀ ਨੌਂਹ ਬਾਬੇ ਨੂੰ ਕੀ ਕਹਿੰਦੀ ਹੈ, ਕੁੜੀ ਨੂੰ ਗੋਲੀ ਦੇ ਦਿਓ ਉਹਦਾ ਸਿਰ ਦੁੱਖ ਦਾ, ਤੁਸੀਂ ਜਾਣ ਦਿਓ ਇਲਾਜ ਕੀ ਹੈ ਡੰਗਰਾਂ ਦੀ ਭੁੱਖ ਦਾ, ਬਸ ਪੱਠੇ ਲਿਆ ਕੇ ਬਾਬਾ ਜੀ ਕੁਤਰ ਕੇ ਹੀ ਪਾਉਣੇ ਹੈ, ਸਾਰੇ ਟੱਬਰ ਦੇ ਕੱਪੜੇ ਵੀ ਆ ਤੁਸੀਂ ਉਹੀ ਧੋਣੇ ਆ, ਮੈਂ ਵੇਖਣ ਚੱਲੀ ਹਾਂ ਮੇਲਾ ਬਾਬਾ ਜੀ, ਬਸ ਫਿਰ ਤੂੰ ਵਿਹਲਾ ਬਾਬਾ ਜੀ। ਚੌਥੀ ਬਾਬੇ ਨੂੰ ਕੀ ਕਹਿੰਦੀ ਹੈ, ਗੋਹਾ ਕੂੜਾ ਸਿੱਟਣਾ ਤਾਂ ਪੈਣਾ ਹੈ, ਮੇਰਾ ਅੱਜ ਵਰਤ ਹੈ ਮੈਂ ਸਾਫ ਥਾਂ 'ਤੇ ਬਹਿਣਾ ਹੈ, ਇੰਨਾ ਕੁ ਗੋਹੇ ਵਾਲਾ ਜੱਬ ਤਾਂ ਮੁਕਾ ਦਿਓ, ਵਾਸ਼ਿੰਗ ਮਸ਼ੀਨ 'ਚੋਂ ਲੀੜੇ ਕੱਢ ਕੇ ਸੁਕਾ ਦਿਓ, ਜਵਾਕਾਂ ਨੂੰ ਭੁੰਨ ਦਿਓ ਕਰੇਲਾ ਬਾਬਾ ਜੀ, ਬਸ ਫਿਰ ਤੂੰ ਵਿਹਲਾ ਬਾਬਾ ਜੀ। ਅਤੇ ਪੰਜਵੀਂ ਨੌਂਹ ਬਾਬੇ ਦੀ, ਬਾਬੇ ਤੋਂ ਕੀ ਕੰਮ ਕਰਵਾਉਂਦੀ ਹੈ, ਜਵਾਕਾਂ ਨੂੰ ਸਕੂਲ ਲਈ ਕੁੱਟ ਦਿਓ ਚੂਰੀਆਂ, ਘਰ ਲਈ ਬਣਾ ਦਿਓ ਬਾਬਾ ਤੁਸੀਂ ਖੀਰ ਪੂਰੀਆਂ, ਪੀ ਕੇ ਚਾਹ ਸਵੇਰ ਵਾਲੀ ਭਾਂਡਾ ਨਹੀਂ ਜੇ ਚੁੱਕਿਆ, ਮੰਡੀ ਤੁਹਾਨੂੰ ਜਾਣਾ ਪੈਣਾ ਸੌਦਾ ਪਿਆ ਜੇ ਮੁੱਕਿਆ, ਸੌਦੇ ਦਾ ਭਰ ਲਿਆਓ ਥੈਲਾ ਬਾਬਾ ਜੀ, ਬਸ ਫਿਰ ਤੂੰ ਵਿਹਲਾ ਬਾਬਾ ਜੀ। ਬਾਬਾ ਆ ਗਿਆ ਤੰਗ ਪੰਜਾਂ ਨੌਹਾਂ ਤੋਂ, ਬਾਬਾ ਕੀ ਕਹਿੰਦਾ, ਬਾਬਾ ਉਹਨੂੰ ਜਵਾਬ ਕੀ ਦਿੰਦਾ ਪੰਜਾਂ ਨੌਹਾਂ ਨੂੰ, ਸਾਂਭੋ ਤੁਹਾਡੀ ਟੈਂਡ ਫੋੜੀ ਮੈਂ ਤਾਂ ਚੱਲਿਆ, ਸਾਂਭੋ ਤੁਹਾਡੀ ਟੈਂਡ ਫੋੜੀ ਮੈਂ ਤਾਂ ਚੱਲਿਆ, ਕੱਲ੍ਹ ਨੂੰ ਕੰਮ ਲਈ ਭਾਲ ਲਓ ਹੋਰ ਬਾਬਾ ਬੱਲਿਆ, ਸਾਰੇ ਬਜ਼ੁਰਗ ਅੱਜ ਮਖੌਲੀ ਤੋਂ ਸਲਾਹ ਲਓ, ਇਸ ਕੁੱਤੇ ਖਾਣੀ ਨਾਲੋਂ ਰੋਟੀਆਂ ਆਪ ਹੀ ਲਾ ਲਓ, ਸਾਰੇ ਬਜ਼ੁਰਗ ਅੱਜ ਮਖੌਲੀ ਤੋਂ ਸਲਾਹ ਲਓ, ਇਸ ਕੁੱਤੇ ਖਾਣੀ ਨਾਲੋਂ ਦੋ ਆਪਦੀਆਂ ਹੀ ਪਕਾ ਲਵੋ। ਸਾਰੇ ਮੇਰੇ ਵੀਰਾਂ ਨੂੰ ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਨਾਲੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।